ਗੁਰੂ ਅਰਜਨ ਪਾਤਸ਼ਾਹ ਦਾ ਵਿਰੋਧ ਕਿਹਨੇ ਕੀਤਾ? ਸਭ ਤੋਂ ਪਹਿਲਾਂ ਪਿਰਥੀ ਚੰਦ ਨੇ। ਪਿਰਥੀ ਚੰਦ ਵਿਰੋਧੀ ਹੋਇਆ ਘਰੋਂ, ਜਿਹੜਾ ਦਾਅਵਾ ਕਰਦਾ ਸੀ ਕਿ ਮੈਂ ਗੁਰੂ ਘਰ ਦਾ ਪ੍ਰਬੰਧਕ ਹਾਂ, ਪ੍ਰਬੰਧਕ ਸੀ ਨਾ ਕਹਾਉਂਦਾ ਆਪਣੇ ਆਪ ਨੂੰ ਪਿਰਥੀ ਚੰਦ, ਤੇ ਪਿਰਥੀ ਚੰਦ ਹੀ ਗੁਰੂ ਅਰਜਨ ਪਾਤਸ਼ਾਹ ਦਾ ਵਿਰੋਧੀ ਬਣਿਆ। ਅੱਜ ਵੀ ਹਾਲਾਤ ਉਹੀ ਨੇ, ਅੱਜ ਵੀ ਬਾਬੇ ਨਾਨਕ ਦੀ ਸਿੱਖੀ ਦੇ ਵਿਰੋਧੀ ਉਹੀ ਲੋਕ ਬਣੇ ਹੋਏ ਨੇ ਜਿਹੜੇ ਆਪਣੇ ਆਪ ਨੂੰ ਸਮਝੇ ਨਹੀਂ ਵੀ ਅਸੀਂ ਸਿੱਖੀ ਦੇ ਕਰਤਾ ਧਰਤਾਂਗੇ। ਪਿਰਥੀ ਚੰਦ ਵਾਲੀ ਰੂਹ ਉਹਨਾਂ ਲੋਕਾਂ 'ਚ ਬੜੀ ਹੋਈ ਆ। ਉਹ ਲੋਕ ਜਿਹੜੇ ਆਪਣੇ ਆਪ ਨੂੰ ਪ੍ਰਬੰਧਕ ਕਹਾਉਂਦੇ ਨੇ ਨਾ, ਉਹ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਵਿਰੋਧੀ ਨੇ। ਜਿਵੇਂ ਪਿਰਥੀ ਚੰਦ ਨਾਲ ਰਹਿ ਕੇ ਵਿੱਚ ਰਹਿ ਕੇ ਘਰ ਦੇ ਵਿਰੋਧ ਕਰਦਾ ਰਿਹਾ, ਉਹਦੀ ਅੱਖਾਂ 'ਚ ਰੜਕਦਾ ਸੀ ਗੁਰੂ ਅਰਜਨ ਪਾਤਸ਼ਾਹ। ਤੇ ਅੱਜ ਵੀ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜ਼ਿਆਦਾਤਰ ਉਹਨਾਂ ਲੋਕਾਂ ਦੀ ਅੱਖਾਂ 'ਚ ਰੜਕਦੀ ਹੈ ਭਾਈ, ਜਿਹੜੇ ਬਹਿੰਦੇ ਵੀ ਗੁਰਦੁਆਰੇ ਆ, ਰਹਿੰਦੇ ਵੀ ਗੁਰਦੁਆਰੇ ਆ, ਖਾਂਦੇ ਵੀ ਗੁਰਦੁਆਰੇ ਦਾ। ਉਹੀ ਲੋਕ ਨਹੀਂ ਚਾਹੁੰਦੇ ਵੀ ਰੁਮਾਲਿਆਂ ਤੋਂ ਬਾਹਰ ਗੁਰਬਾਣੀ ਦਾ ਗਿਆਨ ਆਮ ਪਬਲਿਕ ਦੇ ਵਿੱਚ ਪਹੁੰਚ ਜਾਏ, ਉਹਨਾਂ ਦੀਆਂ ਦੁਕਾਨਾਂ ਨੂੰ ਖਤਰਾ ਹੈ। ਉਹ ਪਿਰਥੀ ਚੰਦ ਦੀਆਂ ਰੂਹਾਂ ਫਿਰ ਰਹੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਸੱਚ ਚੰਗਾ ਨਹੀਂ ਲੱਗਦਾ। ਪਿਰਥੀ ਚੰਦ ਪ੍ਰਬੰਧਕ ਸੀ ਪਰ ਗੁਰੂ ਅਰਜਨ ਪਾਤਸ਼ਾਹ ਦਾ ਵਿਰੋਧੀ ਸੀ। ਅੱਜ ਵੀ ਬਹੁਤ ਇੱਦਾਂ ਨੇ, ਹੈਗੇ ਨੇ ਗੁਰੂ ਘਰਾਂ ਦੇ ਪ੍ਰਬੰਧਕ, ਉਹਨਾਂ ਨੂੰ ਕਹੋ ਦੀਵਾਨ, ਉੱਥੋਂ ਗੁਰਦੁਆਰੇ ਦੀਵਾਨ ਲਵਾਓਗੇ, ਤੁਹਾਡਾ ਕਿਹੜਾ ਤਾਰ ਆਰਕੈਸਟਰਾਂ ਲੱਗਣਗੀਆਂ ਗੁਰਦੁਆਰੇ? ਗੁਰਦੁਆਰੇ ਦੀਵਾਨ ਹੀ ਲੱਗਣਗੇ, ਹੋਰ ਆਰਕੈਸਟਰਾਂ ਲੱਗਣਗੀਆਂ? ਇੱਦਾਂ ਉੱਥੋਂ ਦੀਵਾਨ ਗੁਰਦੁਆਰੇ ਹੋਣਗੇ, ਲੈ ਹੋਰ ਕੀ ਹੋ ਗੁਰਦੁਆਰੇ ਦੱਸੋ। ਗੁਰੂ ਘਰ ਕੇ ਦਾਤੇ ਦੇ ਦਰ ਤੇ ਸੰਗਤ ਸੱਜਦੀ, ਗੁਰਬਾਣੀ ਦਾ ਕੀਰਤਨ ਹੁੰਦਾ, ਪਾਠ ਹੁੰਦਾ, ਵਿਚਾਰ ਹੁੰਦੀ। ਇੱਦਾਂ ਸੋਚੋ ਗੁਰਦੁਆਰੇ ਦੀਵਾਨ ਲਵਾਉਂਦੇ ਹੁੰਦੇ? ਨਹੀਂ ਭਾਈ, ਆਰਕੈਸਟਰਾਂ ਲਵਾਉਂਦੀਆਂ ਹੋਣੇ ਤੁਹਾਡਾ ਰੱਦ ਦਾ। ਵੀ ਉਹ ਪਿਰਥੀ ਚੰਦ ਵਾਲੀ ਰੂਹ ਨਹੀਂ ਬੜੀ ਹੋਈ ਉਹਨਾਂ ਲੋਕਾਂ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਦਾ ਬਾਜਾ ਮਾਰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਵੀ ਆਓ ਗੁਰਦੁਆਰੇ ਬਾਣੀ ਪੜੋ। ਇਹ ਬਹੁਤੇ ਕਹਿੰਦੇ ਵੀ ਆ ਜਾਓ ਕੱਲੀਆਂ ਜੇਬਾਂ ਖਾਲੀ ਕਰਕੇ ਮੁੜ ਜਾਓ, ਬਾਣੀ ਨਹੀਂ ਸੁਣਾਉਣੀ ਤੁਹਾਨੂੰ। ਜਿਹੜਾ ਗਿੱਜ ਚਾਹੇਗਾ ਉਹ ਤਾਂ ਪਾਜੋ, ਵੀ ਜੇ ਸਾਨੂੰ ਕਹੋਗੇ ਬਾਣੀ ਸੁਣਾਉਣ ਦਾ ਪ੍ਰਬੰਧ ਕਰ ਦਿਓ, ਕਹਿੰਦੇ ਇਹ ਕੰਮ ਥੋੜ੍ਹੀ ਹੁੰਦਾ ਗੁਰਦੁਆਰੇ, ਪਹਿਲਾਂ ਗੀਜਾ ਖਾਲੀ ਕਰੋ ਤੇ ਘਰੇ ਜਾਓ। ਇੱਦਾਂ ਦੇ ਪਿਰਥੀ ਚੰਦ ਨੇ ਅੱਜ ਸੰਸਾਰ ਅੰਦਰ, ਜਿਨ੍ਹਾਂ ਨੇ ਖਾਧਾ ਸਿਉਂਕ ਵਾਂਗੂ, ਜਿਵੇਂ ਸਿਉਂਕ ਨਾ ਅੰਦਰ ਅੰਦਰ ਖਾ ਰਹੀ ਹੈ, ਅਮਰ ਵੇਲ ਬਣੀ ਹੋਈ ਹੈ। ਇਹ ਬਹੁਤੇ ਲੋਕ ਆ ਜਿਹੜੇ ਸਿੱਖੀ ਦੇ ਬੂਟੇ ਤੇ। ਹੁਣ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਮਤ ਦਿੱਤੀ ਸੀ, ਸਤਿਗੁਰੂ ਨੇ ਕਿਹਾ ਸੀ ਗੁਰਬਾਣੀ ਪੜ੍ਹੋ ਵਿਚਾਰੋ, ਤੇ ਪਰ ਜਿਹੜੇ ਲੋਕ ਨਹੀਂ ਚਾਹੁੰਦੇ ਵੀ ਗੁਰੂ ਦੀ ਗੱਲ ਪਹੁੰਚੇ ਭਾਈ, ਉਹ ਲੋਕ ਵਿਰੋਧ ਕਰ, ਉਹਨਾਂ ਲੋਕਾਂ ਬਹਾਨੇ ਘੜੇ ਹੋਏ ਨੇ। ਹੁਣ ਬੇਨਤੀ ਕਰੇ ਸੀ ਕਿ ਨੌਜਵਾਨ ਵੀਰ ਆ ਜਿਹੜੇ, ਕਿ ਕਿੰਨੇ ਇਹਨਾਂ ਅੰਦਰ ਚਾਅ ਉਤਸ਼ਾਹ, ਕਿ ਸੁਣਨਾ ਚਾਹੁੰਦੇ ਆ ਗੁਰੂ ਦੀ ਗੱਲ। ਹਲੇ ਹਾਲਾਂਕਿ ਸ਼ਕਲਾਂ ਇਹਨਾਂ 'ਚੋਂ ਬਹੁਤਿਆਂ ਨੇ ਗੁਰੂ ਵਾਲੀਆਂ ਨਹੀਂ ਬਣਾਈਆਂ, ਭਾਵ ਕੇਸਾਧਾਰੀ ਨਹੀਂ ਹੋਏ, ਪਰ ਅਕਲਾਂ ਜ਼ਰੂਰ ਬਹੁਤੇ ਵੀਰਾਂ ਨੇ ਗੁਰੂ ਵਾਲੀਆਂ ਲੈ ਲਈਆਂ। ਇਹ ਉਹਨਾਂ ਲੋਕਾਂ ਨੂੰ ਚੰਗੇ ਆ ਭਾਈ, ਜਿਨ੍ਹਾਂ ਨੇ ਸ਼ਕਲਾਂ ਤਾਂ ਗੁਰੂ ਵਾਲੀਆਂ ਬਣਾਈਆਂ ਪਰ ਅਕਲ ਧੇਲੇ ਦੀ ਨਹੀਂ ਹੈ ਗੁਰੂ ਵਾਲੀਆਂ, ਉਹਨਾਂ ਨਾਲੋਂ ਚੰਗੇ ਆ। ਵੀ ਬਹੁਤ ਕਹਿੰਦਾ ਵੀ ਲਓ ਮੋਨੇ ਘੋਨੇ ਜੇ ਮੂਹਰੇ, ਕੋਈ ਗੱਲ ਨਹੀਂ, ਇਹਨਾਂ ਨੂੰ ਸਮਝਾਓ, ਇਹਨਾਂ ਨੂੰ ਉਤਸ਼ਾਹ ਦੇ ਵਿੱਚ ਇਹਨੂੰ ਉਤਸ਼ਾਹਿਤ ਕਰੋ ਵੀ ਆਓ ਭਾਈ, ਬਹੁਤ ਚੰਗੀ ਗੱਲ ਆ ਵੀ ਤੁਸੀਂ ਆ ਨੌਜਵਾਨ ਸਾਡੇ। ਵੀ ਉਹਦਾ ਨੌਜਵਾਨ ਪੰਜ ਦਸ ਮੁੰਡੇ ਆ ਜਾਣ ਨਾ ਨੌਜਵਾਨ ਗੁਰਦੁਆਰੇ ਰੁਮਾਲ ਬੰਨ ਕੇ ਸਿਰ 'ਤੇ, ਅਤੇ ਕੀ ਜਿਹੜੇ ਉਹਦਾ ਨਕਲੀ ਜੇ ਚੌਧਰੀ ਹੁੰਦੇ ਗੁਰਦੁਆਰਿਆਂ 'ਚ, ਉਦਾਂ ਜਿਹੜੇ ਬਜ਼ੁਰਗ ਉਹਦਾ ਨਕਲੀ, ਉਹ ਮੰਡੀਰ ਕਿਵੇਂ ਫਿਰਦੇ ਹੋ ਗੁਰਦੁਆਰੇ, ਵੀ ਜਿਵੇਂ ਤੁਸੀਂ ਫਿਰਦੇ ਹੋ ਉਵੇਂ ਇਹ ਫਿਰਦੇ ਆ, ਵੀ ਤੁਹਾਡੇ ਨਾਲ ਤਾਂ ਚੰਗੇ ਹੀ ਹੋਣਗੇ, ਉਹ ਤਾਂ ਬੋਲੇ ਮਾੜਿਆ, ਜੇ ਇਹਨਾਂ ਨੇ ਤੁਹਾਡੇ ਚਿੱਠੇ ਖੋਲ੍ਹਤੇ ਫਿਰ ਉਹ ਵੀ ਸੋਚ ਕੇ ਵੇਖੋ ਵੀ ਪਿੰਡ 'ਚ ਸਾਰਿਆਂ ਨੂੰ ਪਤਾ ਹੀ ਹੁੰਦਾ ਕਿਹੜਾ ਕਿੰਨੇ ਪਾਣੀ ਚਾਹ, ਕਿ ਨਹੀਂ ਪਤਾ ਹੁੰਦਾ ਦੱਸੋ। ਵੀ ਚਲੋ ਸਾਨੂੰ ਤਾਂ ਚਾਹ ਚੜ੍ਹਨਾ ਚਾਹੀਦਾ ਵੀ ਸਾਡੇ ਪਿੰਡ ਦੇ ਨੌਜਵਾਨ ਬੱਚੇ ਗੁਰਦੁਆਰੇ ਆਉਣ ਲੱਗ, ਇੱਥੇ ਕਈਆਂ ਦੇ ਸੱਪ ਲੜ ਜਾਂਦਾ, ਵੀ ਉਹਨਾਂ ਨੂੰ ਐਂ ਹੁੰਦਾ ਵੀ ਕਿਤੇ ਜਿਹੜੀ ਗੋਲਕ ਵਾਲੀ ਚਾਬੀ ਉਹ ਨਾ ਖੋਲਣ, ਇਹ ਉਹ ਨਹੀਂ ਖੋਲਦੇ, ਬੇਫਿਕਰ ਹੋ ਤੁਸੀਂ ਗੋਲਕ ਦੇ ਭਾਵੇਂ ਆਕੇ ਰਾਤ ਨੂੰ ਸੌਂ ਜਿਆ ਕਰੋ, ਇਹ ਨਹੀਂ ਖੋਲਦੇ, ਤੁਸੀਂ ਰੱਖ ਲਓ ਗੋਲਕ ਤੋਂ ਕੋਈ ਲੈਣਾ ਨਾ। ਇਹਨਾਂ ਦੇ ਅੰਦਰ ਤਾਂ ਚਾਹ, ਇਹਨਾਂ ਦੇ ਅੰਦਰ ਤਾਂ ਉਤਸ਼ਾਹ ਵੀ ਕੋਈ ਗੱਲ ਬਣ ਜਾਏ, ਵੀ ਸਾਡੇ ਨਾਲ ਚਾਹ ਹੋਣਾ ਚਾਹੀਦਾ। ਵਧਾਈ ਦੇ ਪਾਤਰ ਨੇ ਭਾਈ ਉਹ ਮਾਪੇ ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਮਨ ਵਿੱਚ ਚਾਓ ਆ ਜਿਹੜੇ ਨੌਜਵਾਨ ਵੀਰਾਂ ਦੇ। ਨਹੀਂ ਤਾਂ ਹਾਲਾਤ ਵੇਖੋ, ਮੈਂ ਅੱਜ ਵੀ ਆਉਂਦਾ ਹੋਇਆ, ਮੇਰਾ ਇੱਕ ਮਿੱਤਰ ਆ, ਉਹਨੇ ਫੋਨ ਕਰਿਆ ਵੀ ਆ ਤਰਨ ਤਰਨ ਸੇਵੇ ਦੇ ਵਿੱਚ ਅੱਜ ਇੱਕ ਫੇਰ ਨੌਜਵਾਨ ਬੱਚਾ ਕਿਸੇ ਭੈਣ ਦਾ ਭਰਾ, ਕਿਸੇ ਮਾਂ ਦਾ ਪੁੱਤ ਚਿੱਟੇ ਦੀ ਲਪੇਟ ਵਿੱਚ ਆ ਕੇ ਲੋਥ ਬਣ ਗਿਆ, ਅਤੇ ਸਾਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਨੌਜਵਾਨਾਂ ਨੂੰ, ਸਾਨੂੰ ਤਾਂ ਆਵਾਜ਼ਾਂ ਮਾਰ ਮਾਰ ਸੱਦਣਾ ਚਾਹੀਦਾ। ਅਤੇ ਇੱਥੇ ਜਿਹੜੇ ਆਪਣੇ ਆਪ ਗੁਰਦੁਆਰੇ ਆਉਂਦੇ ਆ ਉਹਨਾਂ ਨੂੰ ਵੀ ਬਾਹਰ ਕੱਢਣ 'ਤੇ ਲੱਗੇ ਹੋਏ ਆ, ਵੀ ਤੁਹਾਡੇ ਪਿਓ ਦਾ ਗੁਰਦੁਆਰਾ ਹੈ, ਤੁਸੀਂ ਬੈਠੋਗੇ ਇੱਥੇ, ਅਤੇ ਕੋਈ ਵੀ ਜਿਹੜਾ ਵੀ ਭੈਣ ਭਰਾ ਗੁਰੂ ਦੀ ਗੱਲ ਸਿੱਖਣਾ ਚਾਹੁੰਦਾ, ਗੁਰੂ ਦੀ ਗੱਲ ਸਮਝਣਾ ਚਾਹੁੰਦਾ, ਭਾਈ ਬਾਬੇ ਨਾਨਕ ਦੇ ਦਰ ਉਹਦੇ ਲਈ ਖੁੱਲ੍ਹੇ ਆ, ਉਹਦੇ ਲਈ ਖੁੱਲ੍ਹੇ ਆ। ਇੱਥੇ ਤਾਂ ਇੱਥੇ ਨਹੀਂ ਹੈ ਕੋਈ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਗੁਰੂ ਦੀ ਮੱਤ ਹੈ, ਗੁਰੂ ਦਾ ਗਿਆਨ ਆ, ਇਹ ਕਲੰਗੀਆਂ ਵਾਲੇ ਪਾਤਸ਼ਾਹ ਨੇ ਕਲਾਵੇ 'ਚ ਲਿਆ ਹੋਇਆ ਸਾਨੂੰ ਪੂਰੀ ਮਨੁੱਖਤਾ ਨੂੰ। ਪਰ ਜਿਹੜੇ ਬਿਜ਼ਨਸਮੈਨ ਲੋਕ ਹੈ, ਚਾਹੇ ਉਹ ਬਾਬੇ ਹੈ, ਚਾਹੇ ਉਹ ਪ੍ਰਬੰਧਕ ਹੈ, ਉਹ ਨਹੀਂ ਚਾਹੁੰਦੇ ਵੀ ਆਮ ਪਬਲਿਕ ਬਾਣੀ ਦੇ ਨੇੜੇ ਲੱਗੇ, ਆਮ ਲੋਕ ਗੁਰਬਾਣੀ ਦੇ ਨੇੜੇ ਲੱਗਣ, ਉਹ ਨਹੀਂ ਚਾਹੁੰਦੇ। ਉਹ ਚਾਹੁੰਦੇ ਆ ਵੀ ਆਪਣੀ ਜੁੱਤੀ ਥੱਲੇ ਰਹਿਣ,